ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਪਿਆਰਿਓ, ਇੱਕ ਬਜ਼ੁਰਗ ਨੇ ਸੋਸ਼ਲ ਮੀਡੀਆ ਉੱਤੇ ਆਪਣੀ ਇੱਕ ਵੀਡੀਓ ਸ਼ੇਅਰ ਕੀਤੀ, ਜਿਸ ਦਾ ਕਹਿਣਾ ਹੈ ਕਿ ਉਸ ਦੇ ਪੁੱਤਰ ਦਾ ਕਤਲ ਹੋ ਗਿਆ ਸੀ, ਪਰ ਉਸ ਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ। ਇਹ ਨਿਹੰਗ ਸਿੰਘ ਬਹੁਤ ਸਮੇਂ ਤੋਂ ਆਪਣੇ ਪੁੱਤਰ ਦੇ ਇਨਸਾਫ ਵਾਸਤੇ ਕੋਟਾ ਕਚਹਿਰੀਆਂ 'ਚ ਧੱਕੇ ਖਾ ਰਿਹਾ ਹੈ, ਪਰ ਇਸ ਨੂੰ ਇਨਸਾਫ ਨਹੀਂ ਮਿਲਿਆ। ਹਾਰ ਕੇ ਇਸ ਨੇ ਸੋਸ਼ਲ ਮੀਡੀਆ ਦਾ ਸਹਾਰਾ ਲਿੱਤਾ ਹੈ ਅਤੇ ਆਪਣੀ ਵੀਡੀਓ ਸੋਸ਼ਲ ਮੀਡੀਆ 'ਤੇ ਨਸ਼ਰ ਕੀਤੀ ਹੈ, ਜੋ ਅਸੀਂ ਤੁਹਾਡੇ ਰੂਬਰੂ ਕਰਨ ਚੱਲੇ ਹਾਂ। ਆਓ ਪਹਿਲਾਂ ਇਸ ਬਾਪੂ ਦੀਆਂ ਗੱਲਾਂ ਸੁਣਦੇ ਹਾਂ, ਬਾਕੀ ਦੀ ਗੱਲ ਬਾਅਦ ਵਿੱਚ ਕਰਦੇ ਹਾਂ। ਮੇਰਾ ਨਾਮ ਮੱਖਣ ਸਿੰਘ, ਫਰੀਦਕੋਟ ਦਾ ਸੂਬਾ ਸਿੰਘ, ਜ਼ਿਲ੍ਹਾ ਗੁਰਦਾਸਪੁਰ, ਤਹਿਸੀਲ ਬਟਾਲਾ। ਮੇਰੇ ਪੁੱਤਰ ਗੁਰਪਿੰਦਰ ਸਿੰਘ ਦਾ ਕਤਲ 18/12/2014 ਨੂੰ ਮਹਿਤਾ ਚੌਂਕ ਵਿਖੇ ਹੋਇਆ। ਉਸ ਦੀ ਲਾਸ਼ ਆਟੋ ਕਾਰ ਵਿੱਚੋਂ ਮਿਲੀ। ਮੈਂ ਹਰਮਨਜੀਤ ਸਿੰਘ, ਪੁੱਤਰ ਗੁਰਦਿਆਲ ਸਿੰਘ, ਵਾਸੀ ਕੋਟ ਦਾ ਸੂਬਾ ਸਿੰਘ, ਅਤੇ ਪਰਚਾ ਕਰਾਇਆ ਸੀ ਅਤੇ FIR 128 ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਫਿਰ ਅਸੀਂ SSP ਅੰਮ੍ਰਿਤਸਰ ਕੋਲ ਗਏ ਤਾਂ ਉਸ ਨੇ ਵੀ ਸਾਨੂੰ ਕੋਈ ਇਨਸਾਫ ਨਹੀਂ ਦਿੱਤਾ ਅਤੇ ਸਾਨੂੰ ਕਹਿੰਦਾ ਕਿ ਤੁਹਾਡੇ ਬੱਚੇ ਨੇ ਜ਼ਹਿਰ ਖਾਧਾ। ਫਿਰ ਅਸੀਂ ਪ੍ਰਕਾਸ਼ ਸਿੰਘ ਬਾਦਲ ਦੇ ਪੇਸ਼ ਹੋ ਕੇ ਉਹਨਾਂ ਨੇ SSP ਤੂਰ ਨੂੰ ਮਾਰਚ ਕਰ ਦਿੱਤਾ। ਗੁਰਦਾਸਪੁਰ ਕਰਤਾ SSP ਤੂਰ ਨੇ ਉਸ ਦੀ ਮੁੰਡੇ ਦੀ ਜ਼ਮਾਨਤ ਕਰਾਉਣ ਲੱਗ ਪਿਆ। ਜਦੋਂ ਅੰਮ੍ਰਿਤਸਰ ਉਸ ਨੂੰ ਜ਼ਮਾਨਤ ਪਾਈ ਪਰ ਜ਼ਮਾਨਤ ਰੱਦ ਹੋ ਗਈ। ਫਿਰ ਚੰਡੀਗੜ੍ਹ ਜ਼ਮਾਨਤ ਪਾਈ, ਫਿਰ ਵੀ ਰੱਦ ਹੋ ਗਈ, ਪਰ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ। ਫਿਰ ਅਸੀਂ ਪ੍ਰਕਾਸ਼ ਸਿੰਘ ਬਾਦਲ ਕੋਲ ਪੇਸ਼ ਹੋ ਗਏ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਸਾਡਾ ਕੇਸ ਪਠਾਨਕੋਟ SSP ਨੂੰ ਮਾਰ ਕਰ ਦਿੱਤਾ ਕਰਤਾ। ਉਸ ਨੇ ਵੀ ਸਾਨੂੰ ਕੋਈ ਵੀ ਇਨਸਾਫ ਨਹੀਂ ਦਿੱਤਾ। ਫਿਰ ਅਸੀਂ ਕੋਰਟ ਚੰਡੀਗੜ੍ਹ ਵਿੱਚ ਅਪੀਲ ਪਾਈ, ਇਸ ਨੂੰ ਕਿਉਂ ਨਹੀਂ ਫੜ ਰਹੇ। ਉਹਨਾਂ ਨੇ FIR ਨੰਬਰ 2704-23-10-17 ਨੂੰ ਬਾਬਾ ਬਕਾਲਾ ਭੇਜ ਦਿੱਤਾ। ਪਰ ਜਦੋਂ ਵੀ ਚੰਡੀਗੜ੍ਹ ਤੋਂ ਕੇਸ ਬਾਬਾ ਬਕਾਲਾ ਆਇਆ ਹੈ, ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਫਿਰ ਮੇਰੇ ਕੋਲ ASI ਬਲਜੀਤ ਸਿੰਘ ਆਇਆ, ਜਿਸ ਦਾ ਫੋਨ ਨੰਬਰ 94-648-5140, ਜੋ ਕਹਿੰਦਾ ਕਿ ਮੈਂ ਚਲਾਨ ਪੇਸ਼ ਕਰਨਾ ਹੈ, ਮੇਰੇ ਨਾਲ ਚੱਲ ਬਾਬੇ ਬਕਾਲੇ। ਪਰ ਮੈਂ ਉਸਨੂੰ ਕਿਹਾ ਕਿ ਮੈਂ ਆਪਣਾ ਵਕੀਲ ਲੈ ਕੇ ਜਾਣਾ ਹੈ, ਪਰ ਉਹ ਮੈਨੂੰ ਕਹਿੰਦਾ ਹੈ ਕਿ ਮੁੰਡੇ ਉੱਤੇ ਪਰਚਾ ਹੋਇਆ ਹੈ, ਤੂੰ ਵਕੀਲ ਨੂੰ ਕਿਉਂ ਪੈਸੇ ਦੇ ਰਿਹਾ। ਫਿਰ ਮੈਂ ਉਸ ਦੇ ਦਿੱਤੇ ਟਾਈਮ 'ਤੇ ਸਾਰਾ ਦਿਨ ਬਾਬਾ ਬਕਾਲਾ ਵਿਖੇ ਕਚਹਿਰੀ 'ਚ ਘੁੰਮਦਾ ਰਿਹਾ। ਮੈਂ ASI ਨੂੰ ਕਿੰਨੀ ਵਾਰ ਫੋਨ ਲਾਇਆ, ਫਿਰ ਉਸਨੇ ਨਹੀਂ ਚੁੱਕਿਆ। ਫਿਰ ਮੈਂ ਕਿਸੇ ਹੋਰ ਮੁਲਾਜ਼ਮ ਤੋਂ ਇਸ ASI ਨੂੰ ਫੋਨ ਕਰਾਇਆ। ਬਲਜੀਤ ਸਿੰਘ ਉਸ ਨੂੰ ਕਹਿੰਦਾ ਕਿ ਇਸ ਨੂੰ ਕਹਿ ਕੇ ਵਕੀਲ ਨਾ ਲਿਆਏ ਅਤੇ ਮੈਂ ਦਿੱਲੀ 'ਤੇ ਚਲਾ ਗਿਆ ਹਾਂ। ਫਿਰ ਅਸੀਂ ਕਿੰਨਾ ਚਿਰ ਕਿੰਨੇ ਸਾਲ ਹੀ ਘੁੰਮਦੇ ਰਹੇ ਹਾਂ, ਪਰ ਫਿਰ ਸਾਨੂੰ ਕੋਈ ਇੰਨਾ ਇਨਸਾਫ ਨਹੀਂ ਦਿੱਤਾ। ਫਿਰ ਅਸੀਂ ਅਦਾਲਤ ਵਿੱਚ ਐਪਲੀਕੇਸ਼ਨ ਪਾਈ ਕਿ ਸਾਡਾ ਚਲਾਨ ਪੇਸ਼ ਕੀਤਾ ਜਾਏ।
ਇਹਨਾਂ ਨੇ ਇੱਕ ਦਿਨ ਇੱਕ ਆਦਮੀ ਗਿਆ ਤੇ ਉਹ ਜਾ ਕੇ ਕਿਹਾ ਕਿ ਅਸੀਂ SSP ਨੂੰ ਪੁੱਛ ਕੇ ਤੇ ਫੇਰ ਕਰਾਂਗੇ। ਇਸ ਵੀਡੀਓ ਨੂੰ ਬਣਾਉਣ ਦਾ ਮੇਰਾ ਮਕਸਦ ਹੈ ਕਿ ਮੇਰੇ ਪੁੱਤਰ ਦੀ ਮੌਤ ਦਾ 5 ਸਾਲ ਹੋ ਗਏ ਹਨ ਪਰ ਮੈਨੂੰ ਕੋਈ ਇਨਸਾਫ ਨਹੀਂ ਮਿਲਿਆ। ਪਰ ਵੇਖਣ ਵਾਲੇ ਸਭ ਲੋਕ ਸ਼ੇਅਰ ਜ਼ਰੂਰ ਕਰਨਗੇ ਕਿਉਂਕਿ ਸ਼ਾਇਦ ਕਿਸੇ ਚੰਗੇ ਅਫਸਰ ਕੋਲ ਪਹੁੰਚ ਜਾਵੇ ਤਾਂ ਕਿ ਮੈਨੂੰ ਕੋਈ ਇਨਸਾਫ ਮਿਲ ਜਾਵੇ। ਇਸ ਤੋਂ ਵੱਧ ਸ਼ੇਅਰ ਕੀਤਾ ਜਾਵੇ ਕਿ ਮੈਂ ਆਪ ਸਭ ਦਾ ਧੰਨਵਾਦੀ ਹੋਵਾਂਗਾ। ਮੇਰਾ ਫੋਨ ਨੰਬਰ 9762928। ਗੁਰੂ ਪਿਆਰਿਓ, ਅਗਰ ਇਸ ਬਾਪੂ ਦੀ ਗੱਲ ਦੇ ਵਿੱਚ ਕਿਤੇ ਵੀ ਸੱਚਾਈ ਹੈ ਤਾਂ ਸਿੱਖ ਕੌਮ ਦਾ ਦਰਦ ਰੱਖਣ ਵਾਲਿਆਂ ਨੂੰ ਚਾਹੀਦਾ ਹੈ ਕਿ ਇਸ ਬਾਪੂ ਨੂੰ ਜ਼ਰੂਰ ਇਨਸਾਫ ਮਿਲੇ, ਇਸ ਬੁੜੀਆਂ ਅੱਖਾਂ ਨੂੰ ਜ਼ਰੂਰ ਕੋਈ ਸਹਾਰਾ ਬਣ ਕੇ ਟੱਕਰੇ ਜੋ ਇਸ ਦੇ ਪੁੱਤ ਦੇ ਹੋਏ ਕਤਲ ਦਾ ਇਨਸਾਫ ਇਸ ਨੂੰ ਦਵਾ ਸਕੇ। ਕਿਉਂਕਿ ਕੋਈ ਵੀ ਸੱਚਾ ਸਿੱਖ ਇਹ ਨਹੀਂ ਚਾਹੇਗਾ ਕਿ ਬਜ਼ੁਰਗ ਅੱਖਾਂ, ਬੁੱਢੀਆਂ ਉਮੀਦਾਂ, ਆਪਣੇ ਪੁੱਤ ਨਾਲ ਹੋਈ ਧੱਕੇ ਸ਼ਾਹੀ ਦਾ ਦਰਦ ਦਿਲ ਦੇ ਵਿੱਚ ਲੈ ਕੇ ਬੰਦ ਹੋਣ। ਅਗਰ ਬਾਪੂ ਜੂਝ ਰਿਹਾ ਹੈ ਆਪਣੇ ਪੁੱਤ ਦੇ ਇਨਸਾਫ ਵਾਸਤੇ ਤੇ ਅਗਰ ਇਸ ਦੀਆਂ ਗੱਲਾਂ ਦੇ ਵਿੱਚ ਕਿਤੇ ਵੀ ਕੋਈ ਵੀ ਸੱਚਾਈ ਹੈ ਤਾਂ ਫਿਰ ਚਾਹੇ ਪੰਜਾਬ ਦੇ ਵਕੀਲ ਹੋਣ ਜਾਂ ਵੱਡੇ ਪੁਲਿਸ ਅਫਸਰ, ਉਹਨਾਂ ਨੂੰ ਚਾਹੀਦਾ ਹੈ ਕਿ ਪਹਿਲ ਦੇ ਆਧਾਰ ਤੇ ਇਸ ਕੇਸ ਦੀ ਜਾਂਚ ਕਰਵਾਈ ਜਾਵੇ ਤਾਂ ਜੋ ਇਸ ਬਾਪੂ ਨੂੰ ਇਨਸਾਫ ਮਿਲ ਸਕੇ ਤੇ ਜੇਕਰ ਬਾਪੂ ਨੂੰ ਕਿਸੇ ਤਰ੍ਹਾਂ ਦੀ ਕੋਈ ਗਲਤ ਫਹਿਮੀ ਹੈ ਤਾਂ ਉਹ ਵੀ ਸਬੂਤਾਂ ਤੇ ਤੱਥਾਂ ਦੇ ਆਧਾਰ ਤੇ ਬਾਪੂ ਦੇ ਸਾਹਮਣੇ ਰੱਖ ਕੇ ਬਾਪੂ ਨੂੰ ਸੈਟਿਸਫਾਈਡ ਕੀਤਾ ਜਾਵੇ, ਬਾਪੂ ਦੇ ਸਾਹਮਣੇ ਕਲੈਰੀਫਾਈ ਕੀਤਾ ਜਾਵੇ ਤਾਂ ਜੋ ਉਸ ਦੇ ਜ਼ਹਿਨ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗਲਤ ਫਹਿਮੀ ਨਾ ਰਹੇ, ਦਰਦ ਨਾ ਰਹੇ। ਉਮੀਦ ਕਰਦਾ ਤੁਸੀਂ ਇਹ ਭਾਵਨਾਵਾਂ ਨੂੰ ਸਮਝਣ ਦੀ ਜ਼ਰੂਰ ਕੋਸ਼ਿਸ਼ ਕਰੋਗੇ। ਵਿਚਾਰ ਚੰਗੇ ਲੱਗੇ ਹੋਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ, ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।